ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵੀਰ ਅਤੇ ਟੀ ਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ 'ਤੇ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਇੰਟਰਵਿਊ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ। SIT ਦੀ ਰਿਪੋਰਟ 'ਚ ਪਹਿਲੀ ਇੰਟਰਵਿਊ ਪੰਜਾਬ 'ਚ ਹੋਣ ਦੀ ਕਹੀ ਗਈ ਗੱਲ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਅਤੇ ਮੂਸੇਵਾਲਾ ਦੇ ਪਿਤਾ ਨੇ ਘੇਰੀ ਮਾਨ ਸਰਕਾਰ। ਡਰੱਗ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਬਿਕਰਮ ਮਜੀਠੀਆ ਨੂੰ ਮੁੜ ਭੇਜੇ ਸੰਮਣ। ਮਜੀਠੀਆ ਤੋਂ 18 ਜੁਲਾਈ ਨੂੰ ਸਵੇਰੇ 10 ਵਜੇ ਪਟਿਆਲਾ ਵਿਖੇ ਕੀਤੀ ਜਾਵੇਗੀ ਪੁੱਛਗਿੱਛ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਸਾਰਾ ਕੇਸ ਸਿਆਸਤ ਤੋਂ ਪ੍ਰੇਰਿਤ ਦੱਸਿਆ। ਸ਼ੰਭੂ ਬਾਰਡਰ ਤੋਂ ਬੈਰੀਕੇਡ ਹਟਾਉਣ ਦੇ ਹਾਈਕੋਰਟ ਦੇ ਹੁਕਮਾਂ 'ਤੇ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਦਿੱਤੀ ਪ੍ਰਤੀਕਿਰਿਆ। ਗਰੇਵਾਲ ਨੇ ਕਿਹਾ ਕਿ ਕਿਸਾਨ ਸ਼ੰਭੂ ਬਾਰਡਰ ਦੇ ਪੰਜਾਬ ਵਾਲੇ ਪਾਸੇ ਬੈਠੇ ਰਸਤਾ ਖੁਲਵਾਉਣ ਲਈ ਪੰਜਾਬ ਸਰਕਾਰ ਨੂੰ ਵੀ ਦਿੱਤੇ ਜਾਣੇ ਚਾਹੀਦੇ ਨੇ ਨਿਰਦੇਸ਼। ਸੀਰੀਅਲ ਦੀ ਸ਼ੂਟਿੰਗ ਦੌਰਾਨ ਗੁਰਮਰਿਆਦਾ ਦਾ ਉਲੰਘਣ ਹੋਣ 'ਤੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤੀ ਚੇਤਾਵਨੀ। ਧਾਮੀ ਨੇ ਕਿਹਾ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਿੱਖ ਰਵਾਇਤਾਂ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ। ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਰਾਜਸਥਾਨ ਤੋਂ ਪਾਣੀ ਦਾ ਬਿੱਲ ਵਸੂਲਣ ਦੀ ਕੀਤੀ ਮੰਗ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸੰਬੰਧੀ ਵਿਧਾਨ ਸਭਾ ਇਜਲਾਸ ਦੌਰਾਨ ਲਿਆਵੇ ਮਤਾ। ਜੇਕਰ ਰਾਜਸਥਾਨ ਨੇ ਪੈਸੇ ਨਾ ਦਿੱਤੇ ਤਾਂ ਅਸੀਂ ਆਪਣੇ ਖੇਤਾਂ ਲਈ ਵਰਤਾਂਗੇ ਨਹਿਰ ਦਾ ਪਾਣੀ। ਅਤੇ ਹੁਣ ਖਬਰਾਂ ਦਾ ਵਿਸਥਾਰ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਇੰਟਰਵਿਊ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ ਦੀ ਜਾਂਚ ਲਈ ਅਦਾਲਤ ਵੱਲੋਂ ਬਣਾਈ ਗਈ ਜਾਂਚ ਕਮੇਟੀ ਨੇ ਹਾਈਕੋਰਟ ਨੂੰ ਜਾਂਚ ਦੀ ਸ਼ੁਰੂਆਤੀ ਰਿਪੋਰਟ ਸੀਲਬੰਦ ਲਿਫਾਫੇ 'ਚ ਸੌਂਪ ਦਿੱਤੀ ਹੈ। ਇਸ ਰਿਪੋਰਟ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਪੰਜਾਬ ਦੀ ਹੱਦ ਅੰਦਰ ਹੋਣ ਦੀ ਗੱਲ ਕਹੀ ਗਈ ਹੈ। ਜਾਂਚ ਰਿਪੋਰਟ ਅਨੁਸਾਰ ਇੰਟਰਵਿਊ ਲਈ ਸਿਗਨਲ ਐਪ ਦੀ ਵਰਤੋਂ ਕੀਤੀ ਗਈ। ਹਾਈਕੋਰਟ ਨੇ ਇਸ ਮਾਮਲੇ ਦੀ ਜਾਂਚ ਸਪੈਸ਼ਲ DGP ਮਨੁੱਖੀ ਅਧਿਕਾਰ ਪ੍ਰਬੋਧ ਕੁਮਾਰ ਦੀ ਅਗਵਾਈ ਵਾਲੀ SIT ਨੂੰ ਸੌਂਪੀ ਸੀ। ਹੁਣ ਜਾਂਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਜੰਮ ਕੇ ਘੇਰਿਆ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਸਰਕਾਰ 'ਤੇ ਨਿਸ਼ਾਨੇ ਕੱਸੇ ਨੇ। 14 ਅਤੇ 17 ਮਾਰਚ ਸਾਲ 2023 ਨੂੰ ਲਾਰੈਂਸ ਬਿਸ਼ਨੋਈ ਦੀ ਇੱਕ ਇੰਟਰਵਿਊ ਸਾਹਮਣੇ ਆਉਂਦੀ ਹੈ ਅਤੇ ਇਹ ਇੰਟਰਵਿਊ ਸਾਹਮਣੇ ਆਉਣ ਤੋਂ ਬਾਅਦ ਹਰ ਪਾਸੇ ਤਰਥੱਲੀ ਮੱਚ ਜਾਂਦੀ ਹੈ। ਦਰਅਸਲ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਕੁਝ ਹੀ ਮਹੀਨਿਆਂ ਬਾਅਦ ਇਹ ਇੰਟਰਵਿਊ ਇੱਕ ਨਿੱਜੀ ਚੈਨਲ ਨੂੰ ਦਿੱਤੀਆਂ ਜਾਂਦੀਆਂ ਨੇ, ਜਿਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾਂਦੇ ਨੇ ਅਤੇ DGP ਗੌਰਵ ਯਾਦਵ ਇਹਨਾਂ ਸਵਾਲਾਂ ਦਾ ਜਵਾਬ ਦਿੰਦਿਆਂ ਕਹਿੰਦੇ ਨੇ ਕਿ ਇਹ ਇੰਟਰਵਿਊਆਂ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਨਹੀਂ ਹੋਈਆਂ, ਕਿਉਂਕਿ ਲਾਰੈਂਸ ਬਿਸ਼ਨੋਈ ਦਾ ਹੁਲੀਆ ਬਦਲ ਚੁੱਕਾ ਹੈ ਅਤੇ ਠੀਕ 2-3 ਦਿਨ ਬਾਅਦ ਲਾਰੈਂਸ ਬਿਸ਼ਨੋਈ ਇੱਕ ਹੋਰ ਇੰਟਰਵਿਊ ਦੇ ਦਿੰਦਾ ਹੈ। ਅਜਿਹੇ ਦੇ ਵਿੱਚ SIT ਦਾ ਗਠਨ ਕੀਤਾ ਗਿਆ ਅਤੇ SIT ਨੇ ਹਾਈਕੋਰਟ ਨੂੰ ਆਪਣੀ ਰਿਪੋਰਟ ਸੌਂਪਦਿਆਂ ਕਹਿ ਦਿੱਤਾ ਹੈ ਕਿ ਲਾਰੈਂਸ ਬਿਸ਼ਨੋਈ ਨੇ ਪੰਜਾਬ ਦੀ ਹੀ ਜੇਲ੍ਹ ਦੇ ਵਿੱਚ ਬੈਠ ਕੇ ਸਿਗਨਲ ਐਪ ਦੇ ਰਾਹੀਂ ਨਿੱਜੀ ਇੰਟਰਵਿਊ ਦਿੱਤੀਆਂ ਸਨ, ਜਿਸ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੇ ਪ੍ਰਤੀਕਰਮ ਵੀ ਦਿੱਤੇ ਜਾ ਰਹੇ ਨੇ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਖਹਿਰਾ, ਰਾਜਾ ਵੜਿੰਗ ਦੇ ਨਾਲ ਨਾਲ ਮਨਜਿੰਦਰ ਸਿਰਸਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਰਸ਼ਦੀਪ ਕਲੇਰ ਤੇ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਨੇ ਤੇ ਅਸਤੀਫੇ ਦੀ ਮੰਗ ਕੀਤੀ ਏ। ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਬਹੁਤ ਹੀ ਅਫਸੋਸ ਗੱਲ ਹੈ ਕਿ ਮੁੱਖ ਮੰਤਰੀ ਅਤੇ DGP ਦੇ ਅਹੁਦੇ ਤੇ ਬੈਠੇ ਬੰਦੇ ਝੂਠ ਬੋਲ ਰਹੇ ਨੇ। ਉਹਨਾਂ ਇਹ ਤੱਕ ਕਹਿ ਦਿੱਤਾ ਹੈ ਕਿ ਗੈਂਗਸਟਰ ਦੇ ਪਾਪਾਂ ਤੇ ਪੰਜਾਬ ਸਰਕਾਰ ਪਰਦਾ ਪਾ ਰਹੀ ਹੈ, ਪਰ ਹੁਣ ਸਰਕਾਰ ਦੇ ਝੂਠ ਦਾ ਪਰਦਾ ਫਾਸ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਦਾ ਕੀ ਕਹਿਣਾ ਹੈ, ਆਓ ਸੁਣਦੇ ਹਾਂ।
ਜਿਸ ਦਿਨ ਲਾਰੈਂਸ ਬਿਸ਼ਨੋਈ ਦੀ ਪੰਜਾਬ ਦੀ ਜੇਲ੍ਹ ਚੋਂ ਇੰਟਰਵਿਊ ਹੁੰਦੀ ਹੈ, ਨਾਲ ਦੀ ਨਾਲ ਡੀਜੀਪੀ ਸਾਹਿਬ ਨੂੰ ਲਾਈਵ ਕਰਾ ਦਿੱਤਾ ਜਾਂਦਾ ਹੈ ਕਿ ਜੀ ਇਹ ਪੰਜਾਬ ਦੀ ਇੰਟਰਵਿਊ ਨਹੀਂ ਹੈਗੀ, ਇਹ ਤਾਂ ਇਹ ਲਾਰੈਂਸ ਬਿਸ਼ਨੋਈ ਦਾ ਤਾਂ ਅੱਜ ਕੱਲ੍ਹ ਹੁਲੀਆ ਇਹ ਹੈ। ਔਰ ਉਸ ਤੋਂ ਬਾਅਦ ਜਿਸ ਹੁਲੀਏ ਦੀ ਫੋਟੋਆਂ ਦਿਖਾਈਆਂ ਜਾਂਦੀਆਂ ਉਹਦੇ 'ਚ ਦੁਬਾਰਾ ਇੰਟਰਵਿਊ ਹੋ ਜਾਂਦੀ ਹੈ। ਸੋ ਸਵਾਲੀਆ ਨਿਸ਼ਾਨ ਤਾਂ ਉਸ ਦਿਨ ਹੀ ਵੱਡੇ ਡੀਜੀਪੀ ਸਾਹਿਬ ਦੇ ਉੱਤੇ ਖੜੇ ਹੋ ਗਏ ਸੀਗੇ, ਤੇ ਅੱਜ ਜੋ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦਾ ਵੀ ਹੁਣ ਆਰਡਰ ਆਇਆ ਜਿਹਦੇ 'ਚ ਸਟੇਟਸ ਰਿਪੋਰਟ ਹੈ, ਤੇ ਕੱਲ ਕੋਰਟ ਦੇ ਵਿੱਚ ਵੀ ਜਿਹੜੇ ਵਕੀਲ ਸਾਹਿਬ ਹਾਜ਼ਰ ਸੀ ਤਾਂ ਵਕੀਲ ਸਾਹਿਬ ਨੇ ਸਪਸ਼ਟ ਕਿਹਾ ਕਿ ਉੱਥੇ ਜਿਹੜੇ ਪ੍ਰਮੋਦ ਬਾਨ ਨੇ ਏਡੀਜੀਪੀ, ਉਹਨਾਂ ਨੇ ਬੜੀ ਕਲੈਰਿਟੀ ਨਾਲ ਇਹ ਗੱਲ ਐਡਮਿਟ ਕੀਤੀ ਹੈ ਕਿ ਜੀ ਜਿਹੜੀ ਇੰਟਰਵਿਊ ਹੈ ਉਹ ਪੰਜਾਬ ਦੀ ਜੇਲ੍ਹ ਦੇ ਵਿੱਚ ਹੀ ਹੋਈ ਹੈ। ਹੁਣ ਜ਼ਿੰਮੇਵਾਰੀ ਕਿਹਦੀ ਹੈ? ਜ਼ਿੰਮੇਵਾਰੀ ਤਾਂ ਜੇਲ੍ਹ ਮੰਤਰੀ, ਗ੍ਰਹਿ ਮੰਤਰੀ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਦੀ ਹੈ। ਔਰ ਦੂਜਾ ਮੈਂ ਡੀਜੀਪੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਸਰਕਾਰਾਂ ਆਣਗੀਆਂ ਜਾਣਗੀਆਂ, ਸੋ ਡੀਜੀਪੀ ਸਾਹਿਬ ਨੇ ਕਿਹਦੇ ਕਹਿਣ ਦੇ ਉੱਤੇ ਇਹ ਕਵਰ ਅਪ ਆਪਰੇਸ਼ਨ ਕੀਤਾ? ਕਿਉਂਕਿ ਕਿਤੇ ਨਾ ਕਿਤੇ ਇਹ ਜਿਹੜੀ ਲਾਰੈਂਸ ਬਿਸ਼ਨੋਈ ਦੀ ਪੁਸ਼ਤ ਪਨਾਹੀ ਹੋਈ ਹੈ, ਉਹ ਲਾਰੈਂਸ ਬਿਸ਼ਨੋਈ ਜਿਹੜਾ ਕਿ ਇਹ ਕੈਟਾਗਰੀ ਦਾ ਗੈਂਗਸਟਰ ਹੈ, ਮੋਸਟ ਵਾਂਟਡ ਹੈ, ਔਰ ਪੰਜਾਬ ਦੇ ਵਿੱਚ ਥੋੜਾ ਸੈਂਟੀਮੈਂਟ ਤਾਂ ਜੁੜਿਆ ਕਿਉਂਕਿ ਉਹਦੀ ਇਨਵੋਲਵਮੈਂਟ ਸਿੱਧੂ ਮੂਸੇਵਾਲੇ ਦੇ ਮਰਡਰ 'ਚ ਹੈ, ਔਰ ਸਿੱਧੂ ਮੂਸੇਵਾਲੇ ਦੇ ਨਾਲ ਵੀ ਕਰੋੜਾਂ ਲੋਕ ਜੁੜੇ ਨੇ। ਸੋ ਇਸ ਤਰੀਕੇ ਦੇ ਨਾਲ ਆਪਾਂ ਉਹਦੇ ਮਾਤਾ ਪਿਤਾ ਦੀ ਭਾਵਨਾਵਾਂ ਨਾਲ ਖਿਲਵਾੜ ਕਰੀਏ, ਉਹਦੇ ਸਪੋਰਟਰਸ ਦੀ ਭਾਵਨਾ ਨਾਲ ਖਿਲਵਾੜ ਕਰੀਏ, ਪੰਜਾਬ ਦੇ ਲਾਅ ਐਂਡ ਆਰਡਰ ਨਾਲ ਖਿਲਵਾੜ ਕਰੀਏ, ਤਾਂ ਅੱਜ ਜਿਹੜੀ ਜ਼ਿੰਮੇਵਾਰੀ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਹੈ, ਜਵਾਬਦੇਹੀ ਉਹਨਾਂ ਦੀ ਹੈ। ਔਰ ਜਿਸ ਤਰੀਕੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਤਾਂ ਮੈਨੂੰ ਲੱਗਦਾ ਕਿ ਇਹ ਸ਼ਡਿਅੰਤਰ ਹੈ ਜਿਹੜਾ ਬੇਨਕਾਬ ਹੋ ਚੁੱਕਿਆ, ਹੁਣ ਨੈਤਿਕ ਜ਼ਿੰਮੇਵਾਰੀ ਲੈਂਦੇ ਮੁੱਖ ਮੰਤਰੀ ਨੂੰ ਆਪਣੇ ਅਹੁਦੇ ਤੋਂ ਹਟ ਜਾਣਾ ਚਾਹੀਦਾ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਹੁਣ ਇਸ ਮਾਮਲੇ ਤੇ ਕੀ ਜਵਾਬ ਦਿੰਦੀ ਹੈ ਇਹ ਵੀ ਵੇਖਣਯੋਗ ਹੋਵੇਗਾ। ਕਰੋੜਾਂ ਰੁਪਏ ਦੇ ਡਰੱਗ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੂੰ ਮੁੜ ਸੰਮਣ ਜਾਰੀ ਕੀਤੇ ਨੇ। ਮਜੀਠੀਆ ਤੋਂ 18 ਜੁਲਾਈ ਨੂੰ ਸਵੇਰੇ 10 ਵਜੇ ਪਟਿਆਲਾ ਵਿਖੇ ਪੁੱਛ ਪੜਤਾਲ ਕੀਤੀ ਜਾਵੇਗੀ। ਉਧਰ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਹੈ ਕਿ ਇਹ ਸਾਰਾ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ, ਸਰਕਾਰ ਅਦਾਲਤ 'ਚ ਸਬੂਤ ਪੇਸ਼ ਕਰਨ 'ਚ ਨਾਕਾਮ ਰਹੀ ਹੈ। ਕਲੇਰ ਨੇ ਕਿਹਾ ਕਿ ਮੁੱਖ ਮੰਤਰੀ ਨੂੰ SIT ਦਾ ਮੁਖੀ ਬਣ ਕੇ ਖੁਦ ਜਾਂਚ ਕਰ ਲੈਣੀ ਚਾਹੀਦੀ ਹੈ। ਸੀਐਮ ਮਾਨ ਬਿਕਰਮ ਮਜੀਠੀਆ ਨਾਲ ਆਹਮੋ ਸਾਹਮਣੇ ਬੈਠ ਕੇ ਮਾਮਲਾ ਨਿਬੇੜ ਲੈਣ। ਜਾਂਚ ਦੇ ਨਾਮ ਤੇ ਸਰਕਾਰ ਦਾ ਪੈਸਾ ਤੇ ਸਮਾਂ ਬਰਬਾਦ ਕਰਨ ਦੀ ਲੋੜ ਨਹੀਂ ਹੈ। NTPS ਮਾਮਲੇ ਦੇ ਵਿੱਚ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਹੁਣ ਬਿਕਰਮਜੀਤ ਮਜੀਠੀਆ ਨੂੰ ਨਵੇਂ ਸੰਮਨ ਜਾਰੀ ਹੋ ਗਏ ਨੇ ਤੇ ਜਿਨ੍ਹਾਂ ਦੇ ਤਹਿਤ ਉਹਨਾਂ ਤੋਂ ਮੁੜ ਤੋਂ ਪੁੱਛਗਿੱਛ ਕੀਤੀ ਜਾਵੇਗੀ। ਦੱਸ ਦਈਏ ਕਿ ਬੀਤੇ ਦਿਨ ਹਾਈਕੋਰਟ ਨੇ ਬਿਕਰਮਜੀਤ ਮਜੀਠੀਆ ਨੂੰ ਵੱਡੀ ਰਾਹਤ ਦੇ ਦਿੱਤੀ ਸੀ ਤੇ ਕਹਿ ਦਿੱਤਾ ਸੀ ਕਿ ਉਹਨਾਂ ਦੇ ਖਿਲਾਫ ਕੋਈ ਵੀ ਸਬੂਤ ਤੇ ਗਵਾਹ ਸਾਹਮਣੇ ਨਹੀਂ ਆਏ, ਜਿਸ ਤੋਂ ਬਾਅਦ ਉਹਨਾਂ ਨੂੰ ਵੱਡੀ ਰਾਹਤ ਮਿਲੀ ਅਤੇ ਹੁਣ ਬਿਕਰਮਜੀਤ ਮਜੀਠੀਆ ਨੂੰ ਮੁੜ ਤੋਂ NTPS ਮਾਮਲੇ ਦੇ ਵਿੱਚ ਸੰਮਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ। ਦੇਖੋ, ਬਿਕਰਮ ਮਜੀਠੀਆ ਸਾਹਿਬ ਦਾ ਜਿਹੜਾ ਇੱਕ ਝੂਠਾ ਮੁਕੱਦਮਾ ਹੈ ਉਹ ਇੱਕ ਪੋਲੀਟੀਕਲ ਵੈਂਡੈਟਾ ਦਾ ਕੇਸ ਹੈ। ਕਾਂਗਰਸ ਨੇ ਆਪਣੀ ਮਾੜੀ ਕਾਰਗੁਜ਼ਾਰੀ ਛੁਪਾਉਣ ਦੇ ਲਈ ਉਹ ਗਲਤ ਪਰਚਾ ਦਰਜ ਕੀਤਾ, ਸੁਪਰੀਮ ਕੋਰਟ ਨੇ ਉਸ ਤੇ ਕਮੈਂਟ ਕੀਤਾ, ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ, ਹਾਲਾਂਕਿ ਉਸ ਸਮੇਂ ਕਾਂਗਰਸ ਦੀ ਸਰਕਾਰ ਬਦਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਸੀ। ਸੋ ਉਹਨਾਂ ਨੇ ਵੀ ਉਸ ਦੇ ਉੱਤੇ ਕਮੈਂਟ ਕੀਤਾ ਕਿ ਹਾਈ ਕੋਰਟ ਨੇ 25 ਪੇਜਾਂ ਦਾ ਆਰਡਰ ਲਿਖਾਇਆ ਤੇ ਲਿਖਿਆ ਸੀ ਕਿ ਇਹਦੇ ਵਿੱਚ ਕੋਈ ਸਬੂਤ, ਕੋਈ ਗਵਾਹ ਬਿਕਰਮ ਮਜੀਠੀਆ ਦੇ ਖਿਲਾਫ ਹੈ ਨੀਗਾ।
ਜੀ ਬਿਲਕੁਲ। ਔਰ ਉਹ ਕੇਸ ਨੇ ਜਿਹੜੇ ਕਿ ਆਲਰੇਡੀ ਬੰਦ ਹੋ ਚੁੱਕੇ ਨੇ, ਇਹਨਾਂ 'ਚ ਸਜਾਵਾਂ ਹੋ ਚੁੱਕੀਆਂ ਨੇ। ਹਾਈ ਕੋਰਟ ਮੋਨੀਟਰ ਸਿੱਟ ਨੇ 10 ਚਲਾਨ ਪੇਸ਼ ਕੀਤੇ, ਅਕਿਊਜ਼ਡ ਕੁਛ ਬਰੀ ਹੋ ਗਏ, ਕੁਛ ਨੂੰ ਸਜਾਵਾਂ ਹੋ ਗਈਆਂ, ਉਹਨਾਂ ਦੀ ਅਪੀਲਾਂ ਪੈਂਡਿੰਗ ਹੈ। ਉਹਦੇ 'ਚ ਹਾਸੋਹੀਣੀ ਸਥਿਤੀ ਕਿ ਕਾਂਗਰਸ ਨੇ ਜਾਂਦੇ ਜਾਂਦੇ 3 ਦਿਨ ਦਾ DGP ਚਟੋਪਾਧਿਆ, ਜਿਹੜਾ DGP ਨਹੀਂ ਬਣ ਸਕਦੇ ਸੀ, ਉਹਨਾਂ ਨੇ ਝੂਠਾ ਪਰਚਾ ਦਿੱਤਾ। ਔਰ ਹੁਣ ਜਦੋਂ ਅਕਾਲੀ ਦਲ ਜਾਂ ਖਾਸ ਕਰਕੇ ਮਜੀਠੀਆ ਸਾਹਿਬ ਕੋਈ ਸਰਕਾਰ ਦੇ ਵਿਰੁੱਧ ਪ੍ਰੈਸ ਕਾਨਫਰੰਸ ਕਰ ਦਿੰਦੇ ਨੇ, ਮੁੱਖ ਮੰਤਰੀ ਦੀ ਮਾੜੀ ਕਾਰਗੁਜ਼ਾਰੀ ਉਜਾਗਰ ਕਰ ਦਿੰਦੇ ਨੇ, ਤਾਂ ਇੱਕੋ ਰੱਟ ਫੜੀ ਹੈ ਕਿ ਜੀ ਇੱਕ ਸੰਮਨ ਭੇਜਤਾ ਤੇ ਆ ਜਾਓ। ਇਹ ਮੈਂ ਨਾ ਮਾਨੂੰ ਦੀ ਸਥਿਤੀ ਹੈ। ਸੋ ਮੈਂ ਤਾਂ ਕੱਲ ਵੀ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਉਹ SIT ਦੇ ਮੁਖੀ ਆਪ ਹੀ ਬਣ ਜਾਣ, ਆਪਾਂ ਅਫਸਰਾਂ ਦਾ ਸਿਆਸੀਕਰਨ ਨਾ ਕਰੀਏ। ਜੋ ਮੁੱਖ ਮੰਤਰੀ ਦੀ ਪੋਲੀਟੀਕਲ ਰੰਜਿਸ਼ ਹੈ, ਮੁੱਖ ਮੰਤਰੀ SIT ਦੇ ਮੁਖੀ ਬਣ ਕੇ ਬੈਠਣ, ਔਰ ਜਿਹੜਾ ਪੋਲੀਟੀਕਲ ਸਵਾਲ ਕਰਨਾ, ਜਿਹੜਾ ਜ਼ਾਤੀ ਸਵਾਲ ਕਰਨਾ, ਸਿੱਧਾ ਕਰੀਏ। ਆਪਾਂ ਕਿਉਂ ਸਰਕਾਰ ਦਾ ਸਮਾਂ ਤੇ ਪੈਸਾ ਐਸੇ ਝੂਠੇ ਫਰਜ਼ੀ ਮੁਕੱਦਮਿਆਂ ਦੇ ਵਿੱਚ ਖਰਾਬ ਕਰ ਰਹੇ ਹਾਂ? ਵੇਖਣਾ ਹੋਵੇਗਾ ਕਿ ਹੁਣ ਵਾਲੇ ਸੰਮਣਾਂ ਦੇ ਵਿੱਚ ਬਿਕਰਮ ਮਜੀਠੀਆ ਤੋਂ ਕੀ ਸਵਾਲ ਜਵਾਬ ਕੀਤੇ ਜਾਂਦੇ ਨੇ ਤੇ ਇਸ ਦੇ ਵਿੱਚ ਕੀ ਤੱਥ ਨਿਕਲ ਕੇ ਸਾਹਮਣੇ ਆਉਣਗੇ। ਲੰਘੇ ਕੱਲ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ 1 ਹਫ਼ਤੇ ਦੇ ਅੰਦਰ ਸ਼ੰਭੂ ਬਾਰਡਰ ਤੇ ਲੱਗੇ ਬੈਰੀਕੇਡ ਹਟਾਉਣ ਦੇ ਹੁਕਮ ਦਿੱਤੇ ਸੀ। ਹੁਣ ਇਸ ਫੈਸਲੇ ਤੇ ਭਾਜਪਾ ਦੇ ਸੀਨੀਅਰ ਲੀਡਰ ਹਰਜੀਤ ਸਿੰਘ ਗਰੇਵਾਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਹਰਜੀਤ ਗਰੇਵਾਲ ਨੇ ਕਿਹਾ ਕਿ ਇਹ ਰਸਤਾ ਪੰਜਾਬ ਸਰਕਾਰ ਨੇ ਬੰਦ ਕਰਵਾਇਆ ਹੈ, ਸ਼ੰਭੂ ਬਾਰਡਰ ਤੇ ਕਿਸਾਨ ਪੰਜਾਬ ਵਾਲੇ ਪਾਸੇ ਬੈਠੇ ਨੇ, ਇਸ ਲਈ ਮਾਣਯੋਗ ਅਦਾਲਤ ਵੱਲੋਂ ਪੰਜਾਬ ਸਰਕਾਰ ਨੂੰ ਵੀ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਨੇ। ਬਾਰਡਰ ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਪੰਜਾਬ ਸਰਕਾਰ ਹੀ ਹਟਾ ਸਕਦੀ ਹੈ। ਗਰੇਵਾਲ ਨੇ ਕਿਹਾ ਕਿ ਇਹ ਰਾਹ ਬੰਦ ਹੋਣ ਨਾਲ ਨਾ ਸਿਰਫ ਹਰਿਆਣਾ ਸਗੋਂ ਪੰਜਾਬ ਦੇ ਵਪਾਰੀਆਂ ਦਾ ਵੀ ਨੁਕਸਾਨ ਹੋ ਰਿਹਾ ਹੈ। ਪੰਜਾਬ 'ਚ ਨਵੀਂ ਇਨਵੈਸਟਮੈਂਟ ਨਹੀਂ ਆ ਰਹੀ, ਸਨਅਤਕਾਰ ਪੰਜਾਬ ਤੋਂ ਪਲਾਇਨ ਕਰ ਰਹੇ ਨੇ। ਜੇਕਰ ਅਜਿਹੀ ਸਥਿਤੀ ਰਹੀ ਤਾਂ ਪੰਜਾਬ 'ਚ ਆਰਥਿਕ ਐਮਰਜੈਂਸੀ ਲਗਾਉਣੀ ਪੈ ਸਕਦੀ ਹੈ। ਬੀਤੇ ਦਿਨ ਹਾਈਕੋਰਟ ਨੇ ਸ਼ੰਭੂ ਬਾਰਡਰ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਸਨ। ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ ਕਿ ਸ਼ੰਭੂ ਬਾਰਡਰ ਖੋਲ੍ਹਿਆ ਜਾਵੇ ਅਤੇ ਜੋ ਵੀ ਬੈਰੀਗੇਡਿੰਗ ਕੀਤੀ ਗਈ ਹੈ ਉਹ ਬੈਰੀਗੇਡਿੰਗ ਹਟਾ ਦਿੱਤੀ ਜਾਵੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਇਹ ਹੁਕਮ ਮਿਲੇ ਸਨ ਕਿ ਜੇ ਪੰਜਾਬ ਸਰਕਾਰ ਦੇ ਵੱਲੋਂ ਕਿਸੇ ਤਰ੍ਹਾਂ ਦੇ ਰਾਹ ਰੋਕੇ ਗਏ ਨੇ ਤਾਂ ਸਰਕਾਰ ਵੀ ਲਾਂਘੇ ਖੋਲ੍ਹ ਦੇਵੇ। ਹਾਈਕੋਰਟ ਦਾ ਕਹਿਣਾ ਸੀ ਕਿ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਦਿੱਲੀ ਜਾਣ ਦੀ ਪੂਰੀ ਇਜਾਜ਼ਤ ਹੈ, ਜਿਸ ਤੋਂ ਬਾਅਦ 1 ਹਫ਼ਤੇ ਦਾ ਸਮਾਂ ਮਿਲਿਆ ਸੀ। ਅਤੇ ਇਸ ਉੱਤੇ ਹੀ ਹੁਣ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਦੇ ਵੱਲੋਂ ਪ੍ਰਤੀਕਰਮ ਦਿੱਤਾ ਗਿਆ ਹੈ। ਦਰਅਸਲ ਹਰਜੀਤ ਗਰੇਵਾਲ ਦਾ ਕਹਿਣਾ ਹੈ ਕਿ ਬਾਰਡਰ ਹਰਿਆਣਾ ਸਰਕਾਰ ਨੇ ਨਹੀਂ ਬਲਕਿ ਪੰਜਾਬ ਸਰਕਾਰ ਨੇ ਬੰਦ ਕਰਵਾਏ ਨੇ, ਜਿਸ ਨਾਲ ਵਪਾਰ ਅਤੇ ਕਈ ਤਰ੍ਹਾਂ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਅੱਜ ਆਦੇਸ਼ ਕੀਤਾ ਹਰਿਆਣਾ ਸਰਕਾਰ ਨੂੰ ਕਿ ਇਹ ਸ਼ੰਭੂ ਬਾਰਡਰ ਖੋਲ੍ਹਿਆ ਜਾਵੇ। ਜ਼ਰੂਰ ਖੁੱਲ੍ਹਣਾ ਚਾਹੀਦਾ। ਮਾਨਯੋਗ ਅਦਾਲਤ ਨੇ ਸੰਗਿਆਨ ਲਿਆ, ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਬਹੁਤ ਲੰਬਾ ਸਮਾਂ ਹੋ ਗਿਆ ਇਹਨਾਂ ਪਿੰਡਾਂ ਦੇ ਲੋਕਾਂ ਦੇ ਔਰ ਆਸ ਪਾਸ ਦੇ ਅੰਬਾਲਾ, ਰਾਜਪੁਰਾ ਅਤੇ ਹੋਰ ਆਸ ਪਾਸ ਦੇ ਜਿਹੜੇ ਵਪਾਰੀ ਨੇ ਉਹਨਾਂ ਦੇ ਵਪਾਰ 'ਤੇ ਬਹੁਤ ਬੁਰਾ ਅਸਰ ਪੈ ਰਿਹਾ। ਪਿੰਡਾਂ ਵਾਲਿਆਂ ਨੂੰ ਆਉਣ ਜਾਣ ਲਈ 20-30, 30-40 ਕਿਲੋਮੀਟਰ ਦਾ ਚੱਕਰ ਪਾ ਕੇ ਜਾਣਾ ਪੈ ਰਿਹਾ ਅਤੇ ਹੁਣ ਘੱਗਰ ਦੀ ਮਾਰ ਪੈਣੀ ਹੈ, ਉਸ ਵਜ੍ਹਾ ਕਰਕੇ ਵੀ ਦਿੱਕਤ ਆਉਣੀ ਹੈ। ਅਤੇ ਮੈਂ ਇਹ ਅਪੀਲ ਕਰਦਾ ਕਿ ਮਾਨਯੋਗ ਅਦਾਲਤ ਨੂੰ ਵੀ ਇਸ ਦਾ ਸੰਗਿਆਨ ਦੁਬਾਰਾ ਲੈਣਾ ਚਾਹੀਦਾ। ਇਹ ਰਸਤਾ ਬੰਦ ਪੰਜਾਬ ਸਰਕਾਰ ਨੇ ਕਰਵਾਇਆ ਹੋਇਆ, ਉਹ ਪੰਜਾਬ ਸਰਕਾਰ ਦੇ ਜਿਹੜਾ ਪੰਜਾਬ ਦੀ ਹਦੂਦ ਆ ਉਹਦੇ ਅੰਦਰ ਬੈਠੇ ਆ। ਹਰਿਆਣਾ ਸਰਕਾਰ ਨਹੀਂ ਉਹਨਾਂ ਨੂੰ ਹਟਾ ਸਕਦੀ ਨਾ ਖੁਲਵਾ ਸਕਦੀ। ਇਹ ਆਦੇਸ਼ ਪੰਜਾਬ ਸਰਕਾਰ ਨੂੰ ਵੀ ਆਵੇ ਕਿ ਇਸ ਨੂੰ ਖੋਲ੍ਹੋ, ਤਾਂ ਇਹ ਖੁੱਲ੍ਹਣਾ ਹੈਗਾ। ਇਹ ਮੈਂ ਮਾਨਯੋਗ ਅਦਾਲਤ ਦੇ ਸੰਗਿਆਨ 'ਚ ਜਿਨ੍ਹਾਂ ਨੇ ਪਹਿਲਾਂ ਲਿਆਂਦਾ ਉਹਨਾਂ ਨੂੰ ਇਮੀਡੀਏਟ ਲਿਆਉਣਾ ਚਾਹੀਦਾ ਔਰ ਪੰਜਾਬ ਸਰਕਾਰ ਨੂੰ ਵੀ ਆਦੇਸ਼ ਹੋਣੇ ਚਾਹੀਦੇ ਆ, ਕਿਉਂਕਿ ਉਹਨਾਂ ਦੀ ਤਾਂ ਹਮਾਇਤ ਨਾਲ ਹੀ ਬੈਠੇ ਆ ਉਹ।
ਇਸ ਕਰਕੇ ਮੈਂ ਇਹ ਸਮਝਦਾ ਕਿ ਇਹਦੇ ਨਾਲ ਪੰਜਾਬ ਦੇ ਵਪਾਰ ਦਾ, ਪੰਜਾਬ ਸਰਕਾਰ ਕਿੰਨਾ ਬੜਾ ਨੁਕਸਾਨ ਕਰ ਰਹੀ ਆ ਪੰਜਾਬ ਦੇ ਵਪਾਰੀਆਂ ਦਾ, ਔਰ ਪੰਜਾਬ ਦਾ ਇਹ ਰਸਤੇ ਬੰਦ ਕਰਵਾ ਕੇ, ਪਹਿਲਾਂ ਟ੍ਰੇਨਾਂ ਵੱਧ ਰਹੀਆਂ, ਸਾਡਾ ਚਮੜਾ ਉਦਯੋਗ ਚਲਾ ਗਿਆ, ਸਾਡਾ ਸਪੋਰਟਸ ਦਾ ਉਦਯੋਗ ਚਲਾ ਗਿਆ, ਅਤੇ ਸਾਡੀ ਹੌਜ਼ਰੀ ਉਦਯੋਗ ਚਲਾ ਗਿਆ, ਅਤੇ ਸਾਡੇ ਹੋਰ ਬੜੇ ਬੜੇ ਉਦਯੋਗ ਇੱਥੋਂ ਚਲੇ ਗਏ ਨੇ, ਔਰ 10,000 ਕਰੋੜ ਤੋਂ ਵੱਧ ਦੀਆਂ ਇਨਵੈਸਟਮੈਂਟ ਚਲੀਆਂ ਗਈਆਂ, ਨਵੀਆਂ ਆ ਨਹੀਂ ਰਹੀਆਂ। ਇਸ ਲਈ ਪੰਜਾਬ ਸਰਕਾਰ ਖੁਦ ਵੀ ਇਹਦੇ ਲਈ ਜਾਗੇ। ਮੁੱਖ ਮੰਤਰੀ ਜੀ ਆ ਇਲੈਕਸ਼ਨਾਂ ਤੋਂ ਛੋਟੀ ਜਿੱਤੋ, ਇੱਕ ਸੀਟ ਜਿੱਤਣ ਨਾਲ ਨਾ ਤਾਂ ਸਰਕਾਰ ਗਿਰਨੀ ਆ ਨਾ ਹੀ ਸਰਕਾਰ ਬਣਨੀ ਹੈ। ਇਸ ਕਰਕੇ ਇਹਨਾਂ ਚੱਕਰਾਂ ਨੂੰ ਛੱਡ ਕੇ ਪੰਜਾਬ ਦੇ ਆਰਥਿਕਤਾ ਵਰਤੀ ਤਰਫ ਦੇਖਣ, ਇੱਥੇ ਆਰਥਿਕ ਮੰਦਹਾਲੀ ਹੈ ਇਸ ਵੇਲੇ, ਔਰ ਇਹਨਾਂ ਨੂੰ ਆਰਥਿਕ ਐਮਰਜੈਂਸੀ ਵੀ ਲਗਾਉਣੀ ਪੈ ਸਕਦੀ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਵੱਲੋਂ 16 ਜੁਲਾਈ ਨੂੰ ਇੱਕ ਅਹਿਮ ਮੀਟਿੰਗ ਕੀਤੀ ਜਾਣੀ ਹੈ, ਜਿਸ ਦੇ ਵਿੱਚ ਅੱਗੇ ਦੀ ਰਣਨੀਤੀ ਉਲੀਕੀ ਜਾਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਫਿਲਮਾਂ ਅਤੇ ਸੀਰੀਅਲਸ ਦੇ ਵਿੱਚ ਸਿੱਖ ਸੰਸਥਾਵਾਂ ਦੇ ਨਕਲੀ ਸੈੱਟ ਬਣਾਉਣ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਧਾਮੀ ਨੇ ਪਾਵਨ ਗੁਰਬਾਣੀ ਦੇ ਅਦਬ ਸਤਿਕਾਰ ਅਤੇ ਸਿੱਖ ਰਵਾਇਤਾਂ ਨੂੰ ਸੱਟ ਮਾਰਨ ਵਾਲੀਆਂ ਕੋਝੀਆਂ ਹਰਕਤਾਂ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਮੋਹਾਲੀ ਨੇੜਲੇ ਘੜੂਆਂ ਵਿਖੇ ਇੱਕ ਸੀਰੀਅਲ ਦੀ ਸ਼ੂਟਿੰਗ ਦੌਰਾਨ ਸੈੱਟ ਲਗਾ ਕੇ ਨਕਲੀ ਗੁਰਦੁਆਰਾ ਸਾਹਿਬ 'ਚ ਨਕਲੀ ਆਨੰਦ ਕਾਰਜ ਦੇ ਫਿਲਮਾਂਕਣ ਦੀ ਘਟਨਾ 'ਤੇ ਸਖ਼ਤ ਪ੍ਰਤੀਕਰਮ ਦਿੱਤਾ ਹੈ। ਧਾਮੀ ਨੇ ਕਿਹਾ ਕਿ ਫਿਲਮੀ ਖੇਤਰ ਦੇ ਲੋਕ ਆਪਣੇ ਵਪਾਰ ਨੂੰ ਮੁੱਖ ਰੱਖ ਕੇ ਸਿੱਖ ਪਰੰਪਰਾਵਾਂ ਨਾਲ ਖਿਲਵਾੜ ਕਰਨ ਵਾਲੀਆਂ ਹਰਕਤਾਂ ਤੋਂ ਬਾਜ਼ ਆਉਣ, ਨਹੀਂ ਤਾਂ ਉਹਨਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬੀਤੇ ਦਿਨ ਮੋਹਾਲੀ ਦੇ ਨੇੜੇ ਸਥਿਤ ਇੱਕ ਪਿੰਡ ਦੇ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ, ਜਿੱਥੇ ਜਾ ਕੇ ਨਿਹੰਗਾਂ ਨੇ ਉਹ ਸ਼ੂਟਿੰਗ ਬੰਦ ਕਰਵਾ ਦਿੱਤੀ ਅਤੇ ਨਿਹੰਗ ਸਿੰਘਾਂ ਉੱਤੇ ਇਹ ਵੀ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਸੈੱਟ ਦੀ ਤੋੜ ਭੰਨ ਕੀਤੀ ਹੈ ਅਤੇ ਸੈੱਟ 'ਤੇ ਕੰਮ ਕਰ ਰਹੇ ਕਰਮਚਾਰੀਆਂ ਦੇ ਨਾਲ ਵੀ ਕੁੱਟਮਾਰ ਕੀਤੀ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਵੱਲੋਂ ਨੋਟਿਸ ਲੈਂਦਿਆਂ ਹੋਇਆਂ SGPC ਤੋਂ ਰਿਪੋਰਟ ਮੰਗੀ ਗਈ ਅਤੇ ਹੁਣ SGPC ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਆਦੇਸ਼ ਦੇ ਦਿੱਤੇ ਨੇ। SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦਾ ਸੈੱਟ ਤਿਆਰ ਕਰਕੇ ਫਿਲਮਾਉਣਾ ਸਿੱਖ ਪਰੰਪਰਾ ਦੇ ਅਨੁਕੂਲ ਨਹੀਂ ਹੈ। ਦੂਜੇ ਪਾਸੇ ਫਿਲਮਾਂ ਅਤੇ ਨਾਟਕਾਂ ਦੇ ਵਿੱਚ ਸਿੱਖ ਸੈੱਟ ਤਿਆਰ ਕਰਨ ਤੋਂ ਬਾਅਦ ਸਿੱਖ ਪਰੰਪਰਾਵਾਂ ਵਿਖਾਉਣਾ ਜਾਂ ਫਿਰ ਸਿੱਖਾਂ ਦੇ ਰਵਾਇਤਾਂ ਦੇ ਅਨੁਸਾਰ ਵਿਆਹ ਦੇ ਸੀਨ ਵਿਖਾਉਣ ਉੱਤੇ ਵੀ ਪਾਬੰਦੀ ਲਗਾਉਣ ਦੀ ਗੱਲ ਕਹਿ ਦਿੱਤੀ ਗਈ ਹੈ। ਦੇਖੋ, ਸਿੱਖ ਧਰਮ ਦੀ ਇੱਕ ਮਰਿਆਦਾ ਆ, ਉਹ ਮਰਿਆਦਾ ਦੀ ਇੱਕ ਰਾਮਕਾਰ ਵੀ ਆ, ਤੇ ਰਾਮਕਾਰ ਕੀ ਆ ਵੀ ਉਹਦੇ 'ਚ ਕੋਈ ਨਕਲੀ ਕਰੈਕਟਰ ਜਾਂ ਨਕਲੀ ਕੋਈ ਦਿਖਾਇਆ ਨਹੀਂ ਜਾ ਸਕਦਾ। ਉਹਨਾਂ ਨੇ ਹਮਾਕਤ ਕੀਤੀ ਆ ਵੀ ਉਹ ਸਾਰਾ ਜਿਹੜਾ ਆ ਉਹ ਨਕਲੀਪਣ ਜਿਹਾ ਕਰਕੇ ਅਤੇ ਆਪਣਾ ਫਾਰ ਦਾ ਪਰਪਜ਼ ਆਫ ਕ੍ਰਿਟਿਸਿਜ਼ਮ ਜਿਹੜਾ ਉਹਨੇ ਕੀਤਾ। ਇਹੋ ਜਿਹਾ ਕਦੇ ਵੀ ਸਿੱਖ ਧਰਮ ਨੇ ਨਾ ਕਦੇ ਲੋਅ ਕੀਤਾ। ਸਿੰਘ ਸਾਹਿਬਾਂ ਨੇ ਵੀ ਉਹਦੀ ਬਹੁਤ ਜ਼ੋਰ ਨਾਲ, ਮੰਨ ਲਓ ਕਹਿ ਲਓ ਤੁਸੀਂ, ਰੋਸ ਨੇ ਪ੍ਰਗਟ ਕੀਤਾ ਵੀ ਇਹੋ ਜਿਹੀ ਨਹੀਂ ਹੋਣੀ ਚਾਹੀਦੀ, ਅਤੇ ਮੇਰੇ ਵੱਲੋਂ ਵੀ ਆਇਆ ਸੀ ਅਤੇ ਸਾਡੀਆਂ ਸਿੱਖ ਪਰੰਪਰਾਵਾਂ ਦੇ ਅਨੁਕੂਲ ਨਹੀਂ ਗਾ ਇਹ। ਇਸ ਕਰਕੇ ਮੈਂ ਬਾਕੀਆਂ ਨੂੰ ਵੀ ਬੇਨਤੀ ਕਰਦਾ ਵੀ ਚਲੋ ਇਹਨਾਂ ਨੇ ਕੀਤੀ ਆ, ਇਹਨਾਂ ਨੂੰ ਵੀ ਸੱਟ ਤਾੜਨਾ ਤਾਂ ਜਾਂ ਸਿੰਘ ਸਾਹਿਬ ਸੱਦਣਗੇ ਵੀ, ਪਰ ਮੈਂ ਆਪਣੇ ਤੌਰ 'ਤੇ ਵੀ ਕਹਿ ਸਕਦਾ ਵੀ ਇਹੋ ਜਿਹੀਆਂ ਪਰੰਪਰਾਵਾਂ ਪਾ ਕੇ ਸਿੱਖ ਧਰਮ ਦੀਆਂ ਜਿਹੜੀਆਂ ਵਿਲੱਖਣ ਬੀਹਾਂ ਆ ਉਹਨਾਂ ਨੂੰ ਡੈਮੇਜ ਕਰਨ ਦਾ ਯਤਨ। ਜ਼ਿਕਰ ਖਾਸ ਹੈ ਕਿ ਇਸ ਤੋਂ ਪਹਿਲਾਂ SGPC ਦੇ ਵੱਲੋਂ ਡੈਸਟੀਨੇਸ਼ਨ ਵੈਡਿੰਗ ਅਤੇ ਮੈਰਿਜ ਪੈਲਸਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਜਾਣ ਉੱਤੇ ਪਾਬੰਦੀ ਲਗਾਈ ਗਈ ਅਤੇ ਹੁਣ ਫਿਲਮਾਂ ਅਤੇ ਨਾਟਕਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜੋ ਨਕਲੀ ਸੀਨ ਫਿਲਮਾਏ ਜਾਂਦੇ ਨੇ ਉਹਨਾਂ ਦੇ ਉੱਤੇ ਵੀ ਰੋਕ ਲਗਾਉਣ ਦੀ ਗੱਲ ਕਹੀ ਜਾ ਰਹੀ ਹੈ। ਵੇਖਣਾ ਹੋਵੇਗਾ ਇਸ ਉੱਤੇ ਫਿਲਮ ਜਗਤ ਦੀ ਕੀ ਪ੍ਰਤੀਕਿਰਿਆ ਆਉਂਦੀ ਹੈ। ਲੁਧਿਆਣਾ 'ਚ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇੱਕ ਅਹਿਮ ਬੈਠਕ ਹੋਈ। ਇਸ ਬੈਠਕ 'ਚ ਕਿਸਾਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ
ਰਾਜਸਥਾਨ ਨੂੰ ਮੁਫ਼ਤ 'ਚ ਪਾਣੀ ਨਾ ਦੇਵੇ। ਕਿਸਾਨ ਆਗੂਆਂ ਮੁਤਾਬਕ ਪੰਜਾਬ 'ਚ ਹੁਣ ਪਹਿਲਾਂ ਵਾਲੇ ਹਾਲਾਤ ਨਹੀਂ ਹਨ। ਇਸ ਵੇਲੇ ਸੂਬੇ ਕੋਲ ਆਪਣੀ ਜ਼ਰੂਰਤ ਲਈ ਵੀ ਪਾਣੀ ਨਹੀਂ, ਇਸ ਲਈ ਰਾਜਸਥਾਨ ਨੂੰ ਦਿੱਤੇ ਜਾ ਰਹੇ ਪਾਣੀ ਦੀ ਕੀਮਤ ਵਸੂਲਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਆਗਾਮੀ ਸੈਸ਼ਨ 'ਚ ਇਸ ਸੰਬੰਧੀ ਮਤਾ ਲੈ ਕੇ ਆਏ। ਪੰਜਾਬ ਦੀਆਂ ਵਿਰੋਧੀ ਪਾਰਟੀਆਂ ਵੀ ਇਸ ਮਤੇ ਦਾ ਵਿਰੋਧ ਨਹੀਂ ਕਰਨਗੀਆਂ। ਕਿਸਾਨਾਂ ਨੇ ਕਿਹਾ ਕਿ ਜੇਕਰ ਰਾਜਸਥਾਨ ਸਰਕਾਰ ਨੇ ਪੰਜਾਬ ਨੂੰ ਪਾਣੀ ਦੀ ਕੀਮਤ ਨਾ ਦਿੱਤੀ ਤਾਂ ਅਸੀਂ ਆਪਣੇ ਖੇਤਾਂ ਲਈ ਰਾਜਸਥਾਨ ਨੂੰ ਜਾਣ ਵਾਲੀ ਨਹਿਰ ਦਾ ਪਾਣੀ ਵਰਤਾਂਗੇ। ਲੁਧਿਆਣਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਨੇ ਇੱਕ ਅਹਿਮ ਬੈਠਕ ਕੀਤੀ, ਜਿਸ ਵਿੱਚ ਕਿਸਾਨ ਯੂਨੀਅਨ ਦੇ ਆਗੂਆਂ ਨੇ ਮਤਾ ਪਾਇਆ ਕਿ ਸਰਕਾਰ ਆਉਂਦੇ ਸੈਸ਼ਨ ਦੇ ਵਿੱਚ ਇਹ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਵੇ ਕਿ ਰਾਜਸਥਾਨ ਨੂੰ ਜਿਹੜਾ ਪਾਣੀ ਦਿੱਤਾ ਜਾ ਰਿਹਾ ਹੈ ਉਸ ਦੀ ਵਸੂਲੀ ਕੀਤੀ ਜਾਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਪੈਸੇ ਰਾਜਸਥਾਨ ਵੱਲੋਂ ਦਿੱਤੇ ਜਾਂਦੇ ਸਨ, ਪਰ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਇਹ ਪੈਸੇ ਬੰਦ ਕਰ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਫਿਰ ਰਾਜਸਥਾਨ ਨੂੰ ਜਾਣ ਵਾਲੇ ਪਾਣੀ ਨੂੰ ਆਪਣੀਆਂ ਫਸਲਾਂ ਦੇ ਵਾਸਤੇ ਵਰਤਿਆ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਹਾਲਾਤ ਹੋਰ ਸੀ ਅਤੇ ਹੁਣ ਹਾਲਾਤ ਹੋਰ ਨੇ, ਕਿਉਂਕਿ ਹੁਣ ਪੰਜਾਬ ਦੇ ਕੋਲ ਲੋੜੀਂਦਾ ਪਾਣੀ ਵੀ ਨਹੀਂ। ਉਦੋਂ ਪਾਣੀ ਸਾਡੇ ਕੋਲ ਵਾਧੂ ਸੀ, ਸਾਡਾ ਪਾਣੀ ਜਿਹੜਾ ਸੀ ਉਹ ਹੜ੍ਹਾਂ ਨਾਲ ਵੀ ਆ ਜਾਂਦਾ ਸੀ, ਬਹੁਤ ਫਸਲਾਂ ਮਰ ਜਾਂਦੀਆਂ ਸੀ। ਹੁਣ ਪਾਣੀ ਬਹੁਤ ਘੱਟ ਗਿਆ, ਘਟਣ ਦੇ ਕਰਕੇ ਪਾਣੀ ਦੀ ਥੋੜ੍ਹ ਪੈ ਗਈ। ਬਾਹਰਲੇ ਸੂਬੇ ਉਨਾ ਹੀ ਪਾਣੀ ਲੈਂਦੇ ਆ, ਸਾਨੂੰ ਪਾਣੀ ਘੱਟ ਮਿਲਦਾ। ਅੱਜ ਜਿਹੜੀ ਪੰਜਾਬ ਦੀ ਧਰਤੀ ਆ, 28% ਜਿਹੜਾ ਪਾਣੀ ਜ਼ਮੀਨ ਨੂੰ ਲੱਗਦਾ ਉਹ ਨਹਿਰੀ ਪਾਣੀ ਲੱਗਦਾ, 72% ਆ ਜਿਹੜਾ ਪਾਣੀ ਉਹ ਟਿਊਬਵੈੱਲ ਰਾਹੀਂ ਲੱਗਦਾ। ਅਸੀਂ ਸਾਡੀ ਮੰਗ ਆ ਭਾਰਤੀ ਕਿਸਾਨ ਯੂਨੀਅਨ ਵੱਲੋਂ ਵੀ ਜਿੰਨੇ ਵੀ ਸਾਡੇ ਖੇਤ ਬਣਦੇ ਨੇ ਬਾਹਰ ਨੂੰ ਪਾਣੀ ਜਾਂਦਾ, ਉਹ ਇਕੱਲੇ ਇਕੱਲੇ ਇੱਕ ਕਿੱਲੇ ਨੂੰ ਪਾਣੀ ਪਹੁੰਚਦਾ। ਸਰਕਾਰ ਕਹਿੰਦੀ ਅਸੀਂ ਕਰਾਂਗੇ, ਪਰ ਸਰਕਾਰ ਕਰਦੀ ਕੀ ਆ, ਵੀ ਜਿਹੜੇ ਸੂਏ ਕੱਢੇ ਨੇ ਉਹਦੇ ਮੋਗੇ ਉੱਤੇ ਲਾ ਕੇ ਸਿਰੇ ਕਹਿੰਦੇ ਆ ਟਾਲਾਂ ਦੇ ਪਾਣੀ ਸਿਰੇ ਪਹੁੰਚਾ ਤਾ ਸੀ, ਉਹ ਗਲਤ ਗੱਲ ਆ। ਪਿੱਛੇ ਤਾਂ ਪਾਣੀ ਜਾਂਦਾ ਨਹੀਂ ਗਾ, ਉਹ ਪਟਾ ਕੇ ਅਸੀਂ ਕੁਝ ਲਵਾਏ ਨੇ, ਕੁਝ ਲਵਾਵਾਂਗੇ। ਸਰਕਾਰ ਆ ਜਿਹੜੀ ਉਹ ਮੈਂ ਜੇ ਸਮਝਦਾ ਵੀ ਪੰਜਾਬ ਵਿਰੋਧੀ ਆ, ਕਿਉਂਕਿ ਉਹਨੇ ਉਹ ਜਿਹੜਾ ਪਾਣੀ ਬਾਹਰਲੇ ਸੂਬਿਆਂ ਨੂੰ ਦੇਣਾ ਉਹ ਪਟਵਾਰੀਆਂ ਦੇ ਗਲ 'ਚ ਰੱਸਾ ਪਾ ਰਿਹਾ ਵੀ ਤੁਸੀਂ ਲਿਖ ਦਿਓ ਸਾਰਿਆਂ ਖੇਤਾਂ 'ਚ ਪਾਣੀ ਪਹੁੰਚਦਾ। ਇਸ ਕਰਕੇ ਅਸੀਂ ਸਰਕਾਰ ਦੀ ਨਿੰਦਿਆ ਕਰਦੇ ਹਾਂ ਵੀ ਪਾਣੀ ਅਸੀਂ ਜਿਹੜਾ ਰਾਜਸਥਾਨ ਨੂੰ ਜਾਂਦਾ, ਜੇ ਸਾਡੀਆਂ ਮੰਗਾਂ ਨਾ ਮੰਨੀਆਂ, ਸਾਡੇ ਪਾਣੀ ਨਹਿਰਾਂ ਨੂੰ ਖੇਤ ਨਾ ਦਿੱਤੇ, ਤਾਂ ਅਸੀਂ ਰਾਜਸਥਾਨ ਦਾ ਪਾਣੀ ਅਸੀਂ ਆਪਦੇ ਖੇਤਾਂ ਨੂੰ ਲਾਵਾਂਗੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਪਾਣੀ ਦਾ ਮੁੱਲ ਲੈਣਾ ਚਾਹੀਦਾ ਹੈ, ਅਤੇ ਕਿਸਾਨ ਆਗੂਆਂ ਨੇ ਇਹ ਵੀ ਕਹਿ ਦਿੱਤਾ ਕਿ ਲੋਕ ਘਰਾਂ ਦੇ ਵਿੱਚ ਪਾਣੀ ਦੀ ਦੁਰਵਰਤੋਂ ਕਰਦੇ ਨੇ ਅਤੇ ਸਾਰਾ ਇਲਜ਼ਾਮ ਕਿਸਾਨਾਂ ਦੇ ਸਿਰ 'ਤੇ ਆ ਜਾਂਦਾ ਹੈ। ਦੇਖਣਾ ਹੋਵੇਗਾ ਇਸ ਉੱਤੇ ਸਰਕਾਰ ਦਾ ਕੀ ਪ੍ਰਤੀਕਰਮ ਹੁੰਦਾ ਹੈ। ਸੰਯੁਕਤ ਕਿਸਾਨ ਮੋਰਚਾ MSP ਦੀ ਕਾਨੂੰਨੀ ਗਰੰਟੀ, ਕਰਜ਼ਾ ਮੁਆਫ਼ੀ, ਫਸਲੀ ਬੀਮਾ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਮੁੜ ਅੰਦੋਲਨ ਸ਼ੁਰੂ ਕਰੇਗਾ। ਇਹ ਫੈਸਲਾ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ 'ਚ ਲਿਆ ਗਿਆ। ਇਸ ਮੀਟਿੰਗ 'ਚ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਖੇਤੀਬਾੜੀ ਲਈ ਵੱਖਰੇ ਬਜਟ ਦੀ ਮੰਗ ਕੀਤੀ। ਇਸ ਦੇ ਨਾਲ ਹੀ ਸਹਿਕਾਰਤਾ ਵਿਭਾਗ ਅਤੇ ਖੇਤੀ ਲਾਗਤਾਂ 'ਤੇ GST ਖਤਮ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ ਨੇ ਸ਼ਹੀਦ ਹੋਏ ਕਿਸਾਨਾਂ ਦੀ ਯਾਦ 'ਚ ਸਿੰਘੂ ਜਾਂ ਟਿਕਰੀ ਬਾਰਡਰ 'ਤੇ ਸਮਾਰਕ ਦੀ ਬਣਾਉਣ ਦੀ ਮੰਗ ਕੀਤੀ। ਇਸ ਸੰਬੰਧੀ ਸੰਯੁਕਤ ਕਿਸਾਨ ਮੋਰਚਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਹੋਰਨਾਂ ਸੰਸਦ ਮੈਂਬਰਾਂ ਨੂੰ
16, 17 ਤੇ 18 ਜੁਲਾਈ ਨੂੰ ਮੰਗ ਪੱਤਰ ਸੌਂਪਣਗੇ। ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇਰ ਨਾਲ ਸਹੀ ਪਰ ਸਹੀ ਕਦਮ ਚੁੱਕਣ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਗਰੰਟੀਸ਼ੁਦਾ MSP ਕਾਨੂੰਨ, ਕਰਜ਼ਾ ਮੁਆਫੀ, ਫਸਲ ਬੀਮਾ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਪੈਨਸ਼ਨ, ਬਿਜਲੀ ਦੇ ਨਿੱਜੀਕਰਨ ਨੂੰ ਵਾਪਸ ਲੈਣ ਅਤੇ ਹੋਰ ਮੰਗਾਂ ਦੀਆਂ ਲੰਬਿਤ ਮੰਗਾਂ 'ਤੇ ਅੰਦੋਲਨ ਦੁਬਾਰਾ ਸ਼ੁਰੂ ਕਰੇਗਾ। ਸੰਯੁਕਤ ਕਿਸਾਨ ਮੋਰਚਾ ਖੇਤੀਬਾੜੀ ਲਈ ਇੱਕ ਵੱਖਰੇ ਬਜਟ ਦੀ ਮੰਗ ਕਰ ਰਿਹਾ ਹੈ। ਕੇਂਦਰ ਸਰਕਾਰ ਵਿੱਚ ਸਹਿਕਾਰਤਾ ਵਿਭਾਗ ਨੂੰ ਖਤਮ ਕਰਨਾ, ਖੇਤੀ ਲਾਗਤਾਂ 'ਤੇ ਕੋਈ GST ਨਹੀਂ, ਸਹਿਕਾਰੀ ਸੰਘਵਾਦ 'ਤੇ ਆਧਾਰਿਤ ਮਜ਼ਬੂਤ ਸੰਘ ਲਈ ਰਾਜ ਸਰਕਾਰ ਦੇ ਟੈਕਸਾਂ ਦੇ ਅਧਿਕਾਰ ਨੂੰ ਯਕੀਨੀ ਬਣਾਉਣ ਲਈ GST ਐਕਟ ਦੇ ਵਿੱਚ ਸੋਧ ਕਰਨ ਦੀ ਵੀ ਮੰਗ ਕੀਤੀ ਜਾਂਦੀ ਹੈ। ਸੰਯੁਕਤ ਕਿਸਾਨ ਮੋਰਚਾ ਨੇ 736 ਕਿਸਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਸਿੰਘੂ ਅਤੇ ਟਿਕਰੀ ਬਾਰਡਰ 'ਤੇ ਸ਼ਹੀਦੀ ਸਮਾਰਕ ਦੀ ਵੀ ਮੰਗ ਕੀਤੀ ਹੈ। ਸੰਯੁਕਤ ਕਿਸਾਨ ਮੋਰਚਾ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਜਾਣਕਾਰੀ ਦਿੱਤੀ ਹੈ ਕਿ 16, 17 ਅਤੇ 18 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ ਅਤੇ ਇਸ ਦੇ ਨਾਲ ਹੀ 9 ਅਗਸਤ ਨੂੰ ਕਾਰਪੋਰੇਟ ਭਾਰਤ ਛੱਡੋ ਦਿਵਸ ਮਨਾਇਆ ਜਾਵੇਗਾ। ਇਸ ਉੱਤੇ ਆਪਣੀ ਰਾਏ ਦਿੰਦਿਆਂ ਕਿਸਾਨ ਆਗੂ ਮਨਜੀਤ ਰਾਏ ਦਾ ਕੀ ਕਹਿਣਾ ਸੀ, ਆਓ ਸੁਣਦੇ ਹਾਂ। ਕਿਸਾਨ ਸਾਰਿਆਂ ਦੀ ਉਹੀ ਮੰਗ ਹੈ ਜੋ ਸੰਘਰਸ਼ੀ ਕਿਸਾਨ ਇਹਨੇ ਸੰਘਰਸ਼ ਕਰ ਰਹੇ ਨੇ, ਜਿਹੜੀਆਂ ਜਥੇਬੰਦੀਆਂ ਪਿੱਛੇ ਨੇ ਉਹ ਜਥੇਬੰਦੀਆਂ ਦੀ ਵੀ ਉਹੀ ਡਿਮਾਂਡ ਹੈ। ਸੋ ਸਾਰੇ ਦੇਸ਼ ਦੇ ਕਿਸਾਨਾਂ ਦੀ ਇੱਕੋ ਹੀ ਡਿਮਾਂਡ ਹੈ। ਸੋ ਉਹਦੇ ਵਾਸਤੇ ਸੰਘਰਸ਼ ਚੱਲ ਰਿਹਾ। ਸੋ ਉਹ ਸਮਝੂਗੀ ਸਰਕਾਰ ਫਿਰ ਜਦੋਂ ਸਾਰੇ ਦੇਣਗੇ। ਚੰਗੀ ਗੱਲ ਹੈ ਇਹ। ਦੇਖੋ ਜੇ 16 ਤਰੀਕ ਨੂੰ ਸਾਡੀ ਦੋਨੋਂ ਗਵਰਨਰਾਂ ਦੀ ਮੀਟਿੰਗ ਹੈ, ਉਸ ਮੀਟਿੰਗ ਦੇ ਵਿੱਚ ਵਿਚਾਰਿਆ ਜਾਣਾ ਹੈ ਜੀ। ਜੋ ਵੀ ਮੀਟਿੰਗ ਦੇ ਵਿੱਚ ਰਣਨੀਤੀ ਤੈਅ ਹੋਏਗੀ ਵੇਖਣਾ ਹੋਵੇਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗ ਪੱਤਰ ਸੌਂਪਿਆ ਜਾਂਦਾ ਹੈ ਜਾਂ ਫਿਰ ਨਹੀਂ। ਕੇਜਰੀਵਾਲ ਸਰਕਾਰ ਦਾ ਦਾਅਵਾ ਹੈ ਕਿ ਉਸਨੇ ਸਰਕਾਰੀ ਸਕੂਲਾਂ ਦੀ ਹਾਲਤ 'ਚ ਸੁਧਾਰ ਕਰਕੇ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ, ਪਰ ਜ਼ਮੀਨੀ ਪੱਧਰ 'ਤੇ ਸੱਚ ਕੁਝ ਹੋਰ ਹੀ ਨਜ਼ਰ ਆਉਂਦਾ ਹੈ। ਅੰਕੜਿਆਂ ਦੇ ਅਨੁਸਾਰ ਦਿੱਲੀ ਦੇ ਸਰਕਾਰੀ ਸਕੂਲਾਂ 'ਚ 9ਵੀਂ ਜਮਾਤ 'ਚ ਪੜ੍ਹ ਰਹੇ 1 ਲੱਖ ਤੋਂ ਵੱਧ ਵਿਦਿਆਰਥੀ ਵਿੱਦਿਅਕ ਸੈਸ਼ਨ 2023-2024 ਦੀ ਸਾਲਾਨਾ ਪ੍ਰੀਖਿਆ 'ਚ ਫੇਲ ਹੋਏ ਨੇ। ਇੰਨਾ ਹੀ ਨਹੀਂ, 8ਵੀਂ ਜਮਾਤ ਦੇ 46,000 ਬੱਚੇ ਅਤੇ 11ਵੀਂ ਜਮਾਤ ਦੇ 50,000 ਤੋਂ ਵੱਧ ਬੱਚੇ ਫਾਈਨਲ ਪ੍ਰੀਖਿਆ 'ਚ ਫੇਲ ਹੋਏ ਨੇ। ਦਿੱਲੀ ਸਿੱਖਿਆ ਡਾਇਰੈਕਟੋਰੇਟ ਨੇ ਇਹ ਜਾਣਕਾਰੀ ਸੂਚਨਾ ਦੇ ਅਧਿਕਾਰ RTI ਐਕਟ ਰਾਹੀਂ ਦਰਜ ਅਰਜ਼ੀ ਦੇ ਜਵਾਬ 'ਚ ਦਿੱਤੀ ਹੈ। ਦੱਸ ਦਈਏ ਕਿ ਦਿੱਲੀ 'ਚ 1,050 ਸਰਕਾਰੀ ਸਕੂਲ ਅਤੇ 37 ਡਾਕਟਰ BR ਅੰਬੇਡਕਰ ਸਕੂਲ ਆਫ ਸਪੈਸ਼ਲਾਈਜ਼ਡ ਐਕਸੀਲੈਂਸ ਸਕੂਲ ਨੇ। ਅੰਕੜਿਆਂ ਅਨੁਸਾਰ ਫੇਲ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਹਰ ਸਾਲ ਲਗਾਤਾਰ ਵੱਧ ਰਹੀ ਹੈ। ਦਿੱਲੀ ਦੇ ਸਰਕਾਰੀ ਸਕੂਲਾਂ ਦੇ ਇਹ ਅੰਕੜੇ ਹੈਰਾਨ ਕਰਨ ਵਾਲੇ ਨੇ ਤੇ ਉਸ ਦਾਅਵੇ ਦੇ ਬਿਲਕੁਲ ਉਲਟ ਨੇ ਜਿਸ ਵਿੱਚ ਦਿੱਲੀ ਸਰਕਾਰ ਦਾ ਦਾਅਵਾ ਹੈ ਕਿ ਉਸ ਨੇ ਸਰਕਾਰੀ ਸਕੂਲਾਂ ਦੀ ਹਾਲਤ ਵਿੱਚ ਸੁਧਾਰ ਕਰਕੇ ਬੱਚਿਆਂ ਦੇ ਸਿੱਖਿਆ ਪੱਧਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ। ਅੰਕੜਿਆਂ ਦੇ ਮੁਤਾਬਕ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ 9ਵੀਂ ਜਮਾਤ ਵਿੱਚ ਪੜ੍ਹ ਰਹੇ 1 ਲੱਖ ਤੋਂ ਵੱਧ ਵਿਦਿਆਰਥੀ ਵਿੱਦਿਅਕ ਸੈਸ਼ਨ
2023-24 ਵਿੱਚ ਸਾਲਾਨਾ ਪ੍ਰੀਖਿਆ ਦੇ ਵਿੱਚ ਫੇਲ ਹੋ ਗਏ ਨੇ। 8ਵੀਂ ਜਮਾਤ ਦੇ 40,000 ਬੱਚੇ ਅਤੇ 11ਵੀਂ ਜਮਾਤ ਦੇ 50,000 ਤੋਂ ਵੱਧ ਬੱਚੇ ਫਾਈਨਲ ਪ੍ਰੀਖਿਆ ਵਿੱਚ ਫੇਲ ਹੋ ਗਏ ਨੇ। ਦਿੱਲੀ ਵਿੱਚ 1,050 ਸਰਕਾਰੀ ਸਕੂਲ ਅਤੇ 37 ਡਾਕਟਰ ਬੀ ਆਰ ਅੰਬੇਦਕਰ ਸਕੂਲ ਆਫ ਸਪੈਸ਼ਲਾਈਜ਼ਡ ਐਕਸੀਲੈਂਸ ਸਕੂਲ ਹਨ। ਦਿੱਲੀ ਸਿੱਖਿਆ ਡਾਇਰੈਕਟੋਰੇਟ ਨੇ ਇਹ ਜਾਣਕਾਰੀ ਇੱਕ ਸਰਕਾਰੀ ਮੀਡੀਆ ਦੁਆਰਾ ਸੂਚਨਾ ਦੇ ਅਧਿਕਾਰ RTI ਐਕਟ ਤਹਿਤ ਦਾਇਰ ਅਰਜ਼ੀ ਦੇ ਜਵਾਬ ਵਿੱਚ ਦਿੱਤੀ ਹੈ। RTI ਤੋਂ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਵਿੱਦਿਅਕ ਸੈਸ਼ਨ ਸਾਲ 2023-24 ਦੇ ਵਿੱਚ 9ਵੀਂ ਜਮਾਤ ਵਿੱਚ ਪੜ੍ਹਦੇ 1,01,331 ਬੱਚੇ ਫੇਲ ਹੋਏ ਨੇ, ਜਦਕਿ ਇਸ ਤੋਂ ਪਹਿਲਾਂ ਸਾਲ 2022-23 ਵਿੱਚ 88,409 ਵਿਦਿਆਰਥੀ ਫੇਲ ਹੋ ਗਏ ਸਨ। ਇਸ ਦਾ ਮਤਲਬ ਹੈ ਕਿ ਸਕੂਲਾਂ ਵਿੱਚ ਫੇਲ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਸਾਲ ਦਰ ਸਾਲ ਵੱਧ ਰਹੀ ਹੈ। ਇਸੇ ਤਰ੍ਹਾਂ ਸਾਲ 2023 ਵਿੱਚ 51,914 ਬੱਚੇ 11ਵੀਂ ਜਮਾਤ ਵਿੱਚ ਫੇਲ ਹੋਏ ਸਨ। ਸਾਲ 2022-23 ਵਿੱਚ 54,755 ਬੱਚੇ ਅਤੇ ਸਾਲ 2021-22 ਵਿੱਚ 7,246 ਬੱਚੇ ਫੇਲ ਹੋਏ ਸਨ। ਦਿੱਲੀ ਸਿੱਖਿਆ ਡਾਇਰੈਕਟੋਰੇਟ ਦੇ ਅਨੁਸਾਰ ਸਿੱਖਿਆ ਦੇ ਅਧਿਕਾਰ ਦੇ ਤਹਿਤ ਨੋ ਡਿਟੈਂਸ਼ਨ ਪਾਲਿਸੀ, ਯਾਨੀ ਕਿ ਵਿਦਿਆਰਥੀ ਨੂੰ ਉਸੇ ਜਮਾਤ ਵਿੱਚ ਨਜ਼ਰਬੰਦ ਕਰਨ ਨੂੰ ਰੱਦ ਕਰਨ ਤੋਂ ਬਾਅਦ ਵਿੱਦਿਅਕ ਸੈਸ਼ਨ 2023-24 ਵਿੱਚ 46,622 ਵਿਦਿਆਰਥੀ 8ਵੀਂ ਜਮਾਤ ਵਿੱਚ ਫੇਲ ਹੋਏ ਨੇ। ਦਿੱਲੀ ਸਿੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਦਿੱਲੀ ਸਰਕਾਰ ਦੀ ਨਵੀਂ ਤਰੱਕੀ ਨੀਤੀ ਤਹਿਤ ਜੇਕਰ 5ਵੀਂ ਅਤੇ 8ਵੀਂ ਜਮਾਤ ਦੇ ਬੱਚੇ ਸਾਲਾਨਾ ਪ੍ਰੀਖਿਆ 'ਚ ਫੇਲ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਅਗਲੀ ਜਮਾਤ 'ਚ ਨਹੀਂ ਭੇਜਿਆ ਜਾਵੇਗਾ, ਸਗੋਂ ਮੁੜ ਪ੍ਰੀਖਿਆ ਰਾਹੀਂ ਭੇਜਿਆ ਜਾਵੇਗਾ। 2 ਮਹੀਨਿਆਂ ਦੇ ਅੰਦਰ ਆਪਣੀ ਕਾਰਜਕਾਰੀ ਦੇ ਵਿੱਚ ਸੁਧਾਰ ਕਰਨ ਦਾ ਇੱਕ ਹੋਰ ਮੌਕਾ ਦਿੱਤਾ ਜਾਂਦਾ ਹੈ। ਦਿੱਲੀ ਵਿੱਚ 10ਵੀਂ ਜਮਾਤ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਸਾਲ 2024 ਵਿੱਚ 1,64,996 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਅਤੇ 1,55,442 ਨੇ ਪ੍ਰੀਖਿਆ ਪਾਸ ਕੀਤੀ। ਦਿੱਲੀ ਸਿੱਖਿਆ ਡਾਇਰੈਕਟੋਰੇਟ ਦੀ ਵੈਬਸਾਈਟ ਮੁਤਾਬਕ ਇਸ ਸਾਲ 94.21 ਫੀਸਦੀ ਵਿਦਿਆਰਥੀਆਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਏ। ਜ਼ਿਕਰਯੋਗ ਹੈ ਕਿ ਅਧਿਆਪਕ ਸਰਕਾਰੀ ਨੌਕਰੀਆਂ ਛੱਡ ਰਹੇ ਨੇ। ਡਾਇਰੈਕਟੋਰੇਟ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਸਾਲ 2014 ਦੇ ਵਿੱਚ ਕੁੱਲ 448 ਅਧਿਆਪਕਾਂ ਨੇ ਸਰਕਾਰੀ ਸਕੂਲਾਂ ਨੂੰ ਛੱਡ ਦਿੱਤਾ ਅਤੇ ਇਸ ਤਰ੍ਹਾਂ ਪਿਛਲੇ 10 ਸਾਲਾਂ ਦੇ ਵਿੱਚ ਅਧਿਆਪਕਾਂ ਦੀਆਂ 5,747 ਅਸਾਮੀਆਂ ਖਾਲੀ ਹੋ ਗਈਆਂ, ਪਰ ਇਹਨਾਂ ਦੇ ਬਦਲੇ ਸਾਲ 2014 ਵਿੱਚ ਸਿਰਫ 9 ਪੱਕੇ ਅਧਿਆਪਕ ਹੀ ਭਰਤੀ ਕੀਤੇ ਗਏ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਯਮੁਨਾ ਨਦੀ 'ਚ ਪਾਣੀ ਦਾ ਪੱਧਰ ਵਧਣ ਦੇ ਸੰਭਾਵਿਤ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਨੇ। ਇਸੇ ਤਹਿਤ ਕੈਬਨਿਟ ਮੰਤਰੀ ਸੌਰਵ ਭਾਰਦਵਾਜ ਨੇ ਹੜ੍ਹ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਨਾਲ WHO ਦੀ ਇਮਾਰਤ ਨੇੜੇ ਡਰੇਨ ਰੈਗੂਲੇਟਰ ਨੰਬਰ 12 ਦਾ ਨਿਰੀਖਣ ਕੀਤਾ। ਸੌਰਵ ਭਾਰਦਵਾਜ ਨੇ ਕਿਹਾ ਕਿ ਇੱਥੇ ਪਾਣੀ ਕੱਢਣ ਲਈ 35 ਹਾਰਸ ਪਾਵਰ ਦੇ ਪੰਪ ਲਗਾਏ ਗਏ ਨੇ। ਇਸ ਦੇ ਨਾਲ ਹੀ ਕੁਝ ਪੰਪ ਰਾਖਵੇਂ ਰੱਖੇ ਗਏ ਨੇ। ਇਸ ਤੋਂ ਇਲਾਵਾ ਪੱਥਰਾਂ ਦੀ 5 ਮੀਟਰ ਚੌੜੀ ਕੰਧ ਵੀ ਬਣਾਈ ਗਈ ਹੈ। ਅਸੀਂ ਹਰ ਪਲ ਇੱਥੇ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ। ਯਮੁਨਾ 'ਚ ਪਾਣੀ ਦਾ ਪੱਧਰ ਵਧਣ 'ਤੇ ਹੜ੍ਹ ਨੂੰ ਰੋਕਣ ਲਈ ਸਰਕਾਰ ਪੂਰੀ ਤਰ੍ਹਾਂ ਨਾਲ ਤਿਆਰ ਹੈ। ਅਸੀਂ ਲੋਕਾਂ ਦੀ ਮਦਦ 'ਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਬੀਤੇ ਦਿਨ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਮਾਰਲੀਨਾ ਨੇ ਯਮੁਨਾ ਨਦੀ ਦੇ ਅਤੇ ਆਸ ਪਾਸ ਦੇ ਇਲਾਕਿਆਂ ਦਾ ਜਾਇਜ਼ਾ ਲਿਆ ਸੀ, ਜਿਸ ਤੋਂ ਬਾਅਦ ਅੱਜ ਦਿੱਲੀ ਦੀ ਕੈਬਨਿਟ ਦੇ ਇੱਕ ਹੋਰ ਮੰਤਰੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਵਾਸਤੇ ਪਹੁੰਚੇ ਹੋਏ ਨੇ। ਦਰਅਸਲ ਸੌਰਵ ਭਾਰਦਵਾਜ ਨੇ WHO ਦੀ ਇਮਾਰਤ ਦੇ ਡਰੇਨ ਨੰਬਰ 12 ਦੇ ਰੈਗੂਲੇਟਰ ਦੀ ਤਿਆਰੀ ਦਾ ਜਾਇਜ਼ਾ ਲਿਆ।
ਤੇ ਉਹਨਾਂ ਕਿਹਾ ਕਿ ਜੇਕਰ ਯਮੁਨਾ ਦੇ ਵਿੱਚ ਪਾਣੀ ਦਾ ਪੱਧਰ ਵੱਧਦਾ ਹੈ ਤਾਂ ਫਿਰ ਇਸ ਨੂੰ ਰੋਕਣ ਵਾਸਤੇ ਸਰਕਾਰ ਨੇ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ। ਇੱਥੇ 35 ਹਾਰਸ ਪਾਵਰ ਦੇ ਪੰਪ ਵੀ ਲਗਾਏ ਗਏ ਨੇ ਤੇ ਕੁਝ ਪੰਪ ਰਾਖਵੇਂ ਵੀ ਰੱਖੇ ਗਏ ਨੇ। ਪੱਥਰਾਂ ਦੀ 5 ਮੀਟਰ ਚੌੜੀ ਇੱਕ ਕੰਧ ਵੀ ਬਣਾਈ ਗਈ ਹੈ ਤਾਂ ਕਿ ਹਰ ਪਲ ਇੱਥੇ ਹਰ ਸਥਿਤੀ ਦੇ ਉੱਤੇ ਨਜ਼ਰ ਰੱਖੀ ਜਾ ਸਕੇ। ਜੀ ਜੀ, ਇਹ ਵਹੀ WHO ਡਰੇਨ ਨੰਬਰ 12 ਦਾ ਰੈਗੂਲੇਟਰ ਹੈ ਔਰ ਇਸ ਵਾਰ ਫਲੱਡ ਡਿਪਾਰਟਮੈਂਟ ਨੇ ਪੂਰੇ ਸਾਲ ਇਨ ਰੈਗੂਲੇਟਰਸ ਕੇ ਉੱਪਰ ਕਾਮ ਕੀਆ ਹੈ, ਇਨਕੋ ਚੁਸਤ ਦਰੁਸਤ ਕੀਆ ਹੈ, ਦੇਖਾ ਹੈ ਕਿ ਇਹ ਸਭ ਚੱਲ ਰਹੇ ਹੈ। ਯਹਾਂ ਪੇ 32 ਹਾਰਸ ਪਾਵਰ ਕੇ ਪੰਪਸ ਲਗੇ ਹੋਏ ਹੈ। ਅਗਰ ਕੋਈ ਪੰਪ ਖਰਾਬ ਹੋਤਾ ਹੈ ਤੋ ਰਿਜ਼ਰਵ ਮੇਂ ਵੀ ਹਮਾਰੇ ਪਾਸ ਪੰਪਸ ਔਰ ਜੈਨਸੈਟਸ ਹੈ। ਇਸ ਪੂਰੇ ਇਲਾਕੇ ਮੇਂ ਪਾਣੀ ਨਾ ਪਹੁੰਚੇ ਉਸਕੇ ਲੀਏ ਪੱਥਰੋਂ ਕੀ ਇੱਕ ਮਜ਼ਬੂਤ 5 ਮੀਟਰ ਚੌੜੀ ਦੀਵਾਰ ਬਣਾਈ ਗਈ ਹੈ ਜਿਸਕੋ ਗੈਂਬੀਅਨ ਵਾਲ ਕਹਿਤੇ ਹੈ ਔਰ ਵਾਇਰ ਕ੍ਰੇਟਸ ਉਸਕੇ ਉੱਪਰ ਲਗਾਏ ਗਏ ਹੈ ਤਾਂ ਕਿ ਮਜ਼ਬੂਤੀ ਸੇ ਇਹ ਪਾਣੀ ਕੀ ਕੇ ਪ੍ਰੈਸ਼ਰ ਕੋ ਇਹ ਝੇਲ ਸਕੇ। ਔਰ ਮੁਝੇ ਲਗਤਾ ਹੈ ਕਿ ਹਮਨੇ ਸਭ ਜਗ੍ਹਾ ਰੈਗੂਲੇਟਰਸ ਕੋ ਚੈੱਕ ਕਰਾਇਆ, ਯਹਾਂ ਕੇ ਰੈਗੂਲੇਟਰ ਕੋ ਵੀ ਨਏ ਤਰੀਕੇ ਸੇ ਬਣਾਇਆ ਗਿਆ ਹੈ ਤੋ ਮੁਝੇ ਲਗਤਾ ਹੈ ਕਿ ਯਮੁਨਾ ਕੇ ਲੈਵਲਸ ਬੜੇਂਗੇ ਵੀ ਤੋ ਇਹ ਰੈਗੂਲੇਟਰ ਜੋ ਹੈ ਉਸਕੋ ਮਜ਼ਬੂਤੀ ਸੇ ਰੋਕ ਪਾਏਂਗੇ ਔਰ ਇਹ ਜੋ ਰੀਇਨਫੋਰਸਮੈਂਟਸ ਹੈ ਕਾਮ ਆਏਂਗੇ। ਇਹ ਦਿੱਲੀ ਜਲ ਬੋਰਡ ਕੀ ਕੈਨਾਲ ਹੈ ਜਿਸਸੇ ਪਾਣੀ ਜੋ ਹੈ ਆਪਕਾ CLC ਕੇ ਥਰੂ ਆਤਾ ਹੈ, ਹੈਦਰਪੁਰ ਪਲਾਂਟ ਕੋ ਫੀਡ ਕਰਤਾ ਹੈ। ਵਹਾਂ ਬਵਾਨਾ ਮੇਂ ਵੋ ਉਸਕੀ ਲਾਈਨਿੰਗ ਬ੍ਰੀਚ ਹੋਈ ਹੈ ਔਰ ਜਲ ਬੋਰਡ ਕੇ ਅਧਿਕਾਰੀ ਵਹਾਂ ਪਹੁੰਚੇ। ਹਮਨੇ ਫਲੱਡ ਡਿਪਾਰਟਮੈਂਟ ਕੇ ਚੀਫ ਇੰਜੀਨੀਅਰ ਕੋ ਵੀ ਵਹਾਂ ਮੌਕੇ ਪੇ ਭੇਜਾ ਹੈ ਕਿ ਅਗਰ ਹਮਾਰੀ ਵੀ ਜ਼ਰੂਰਤ ਹੋ ਤੋ ਹਮ ਉਸਮੇਂ ਮਦਦ ਕਰੇਂਗੇ। ਜ਼ਿਕਰ ਖਾਸ ਹੈ ਕਿ ਬੀਤੀ ਸਾਲ ਦਿੱਲੀ ਨੂੰ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਇਸ ਵਾਰ ਮੌਨਸੂਨ ਸੀਜ਼ਨ ਦੇ ਚੱਲਦਿਆਂ ਦਿੱਲੀ ਸਰਕਾਰ ਹੜ੍ਹਾਂ ਦੀ ਸਥਿਤੀ ਦੇ ਨਾਲ ਨਿਪਟਣ ਵਾਸਤੇ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਵਿਖਾਈ ਦੇ ਰਹੀ ਹੈ, ਪਰ ਇਹ ਪ੍ਰਬੰਧ ਕਿੰਨੇ ਕੁ ਪੁਖਤਾ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਖਾਸ ਖਾਸ ਖਬਰਾਂ ਤੇ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਇੰਟਰਵਿਊ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ। SIT ਦੀ ਰਿਪੋਰਟ 'ਚ ਪਹਿਲੀ ਇੰਟਰਵਿਊ ਪੰਜਾਬ 'ਚ ਹੋਣ ਦੀ ਕਹੀ ਗਈ ਗੱਲ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਅਤੇ ਮੂਸੇਵਾਲਾ ਦੇ ਪਿਤਾ ਨੇ ਘੇਰੀ ਮਾਨ ਸਰਕਾਰ। ਡਰੱਗ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਬਿਕਰਮ ਮਜੀਠੀਆ ਨੂੰ ਮੁੜ ਭੇਜੇ ਸੰਮਣ। ਮਜੀਠੀਆ ਤੋਂ 18 ਜੁਲਾਈ ਨੂੰ ਸਵੇਰੇ 10 ਵਜੇ ਪਟਿਆਲਾ ਵਿਖੇ ਕੀਤੀ ਜਾਵੇਗੀ ਪੁੱਛਗਿੱਛ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਸਾਰਾ ਕੇਸ ਸਿਆਸਤ ਤੋਂ ਪ੍ਰੇਰਿਤ ਦੱਸਿਆ। ਸ਼ੰਭੂ ਬਾਰਡਰ ਤੋਂ ਬੈਰੀਕੇਡ ਹਟਾਉਣ ਦੇ ਹਾਈਕੋਰਟ ਦੇ ਹੁਕਮਾਂ ਤੇ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਦਿੱਤੀ ਪ੍ਰਤੀਕਿਰਿਆ। ਗਰੇਵਾਲ ਨੇ ਕਿਹਾ ਕਿ ਕਿਸਾਨ ਸ਼ੰਭੂ ਬਾਰਡਰ ਦੇ ਪੰਜਾਬ ਵਾਲੇ ਪਾਸੇ ਬੈਠੇ ਰਸਤਾ ਖੁਲਵਾਉਣ ਲਈ ਪੰਜਾਬ ਸਰਕਾਰ ਨੂੰ ਵੀ ਦਿੱਤੇ ਜਾਣੇ ਚਾਹੀਦੇ ਨੇ ਨਿਰਦੇਸ਼। ਸੀਰੀਅਲ ਦੀ ਸ਼ੂਟਿੰਗ ਦੌਰਾਨ ਗੁਰਮਰਿਆਦਾ ਦਾ ਉਲੰਘਣ ਹੋਣ ਤੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤੀ ਚੇਤਾਵਨੀ। ਧਾਮੀ ਨੇ ਕਿਹਾ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਸਿੱਖ ਰਵਾਇਤਾਂ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ। ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਰਾਜਸਥਾਨ ਤੋਂ ਪਾਣੀ ਦਾ ਬਿੱਲ ਵਸੂਲਣ ਦੀ ਕੀਤੀ ਮੰਗ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸੰਬੰਧੀ ਵਿਧਾਨ ਸਭਾ ਇਜਲਾਸ ਦੌਰਾਨ ਲਿਆਵੇ ਮਤਾ। ਜੇਕਰ ਰਾਜਸਥਾਨ ਨੇ ਪੈਸੇ ਨਾ ਦਿੱਤੇ ਤਾਂ ਅਸੀਂ ਆਪਣੇ ਖੇਤਾਂ ਲਈ ਵਰਤਾਂਗੇ ਨਹਿਰ ਦਾ ਪਾਣੀ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਸਿਹਤਮੰਦ ਰਹੋ, ਸੁਰੱਖਿਅਤ ਰਹੋ ਤੇ ਦੇਖਦੇ ਰਹੋ TV ਪੰਜਾਬ।